ਕਮਾਲ ਲੱਦਿਆ ਜਾ ਰਿਹਾ ਜੀ ਤੇ ਤੁਹਾਨੂੰ ਖਾਣੇ ਪੰਜ ਬੰਦੇ ਟਰਾਲੀ ਦੇ ਉੱਤੇ ਆ ਪੰਜ ਬੰਦੇ 13 ਬੰਦਿਆਂ ਦੀ ਲਿਵਰ ਆ ਤੇ ਪੰਜ ਬੰਦੇ ਟਰਾਲੀ ਦੇ ਉੱਤੇ ਚੜੇ ਆ ਉਹ ਬੰਦੇ ਤੇ ਤਿੰਨ ਹੀ ਬੜੇ ਹੁੰਦੇ ਉੱਤੇ ਉਨੇ ਹੀ ਥੱਲੇ ਆ ਭਾਜੀ ਆ ਦੇਖੋ ਪੰਜ ਛੇ ਹੀ ਥੱਲੇ ਆ ਤੇ ਪੰਜ ਹੀ ਉੱਤੇ ਆ ਹਲੋ ਲਾ ਫਜਲ ਆੜਾ ਬੰਦਾ ਨਾ ਸਾਰਿਆਂ ਦਾ ਨਾ ਇਹ ਇਹਨਾਂ ਦੇ ਠੇਕੇਦਾਰ ਆ ਲਾਲਾ ਫਜਲ ਇਹ ਲੱਦ ਦੇ ਬਹੁਤ ਹੀ ਕਾਰੀਗਰ ਮਾਸ਼ਾਅੱਲਾ ਬੰਦੇ ਨੇ ਇਹ 600-700 ਮਾਲ ਦੀ ਲੱਦ ਲੱਦੇ ਆ ਘਾਟਾਂ ਦੇ ਕਮਾਲ ਹਾਂ ਲੱਦਣਾ ਹੀ ਤੇ ਪੰਜ ਬੰਦੇ ਉੱਤੇ ਖਲਾਉਂਦੇ ਆ ਆਹ ਵੇਖ ਲਓ ਉਨੇ ਹੀ ਥੱਲਿਓਂ ਕਮਾਲ ਫੜਾਉਂਦਾ ਤੇ ਉਨੇ ਹੀ ਉੱਤੇ ਆ ਉਨੇ ਹੀ ਪੰਜ 13 ਦੇ ਬੰਦੇ ਸਾਰੇ ਤੁਸੀਂ ਤੇ ਉਹ ਦੋ ਕਦੇ ਉਂਝ ਤੁਰੇ ਫਿਰਦਾ ਨੇ ਆਹੋ ਆਹ ਭਾਨਾ ਬੜਾ ਪੁਰਾਣਾ ਹੈ ਵੀ ਨਾ ਬਹੁਤ ਪੁਰਾਣਾ ਹੈ ਇਹਨੇ ਸਾਰਿਆਂ ਨੂੰ ਜਾਇਜ਼ ਕਹੀ ਸਾਰੇ ਸ਼ਗਿਰਦ ਉੱਤੇ ਇਹਦੇ ਨੇ ਆ ਪੁਰਾਣੇ ਨੇ ਫਜਲ ਤੇ ਦੱਸਤਾ ਵਾ ਪੰਜ ਬੰਦੇ ਉੱਤੇ ਤੇ ਪੰਜ ਥੱਲੇ ਨੇ ਇਹ ਰਿਕਾਰਡ ਹੈ ਮੇਰਾ ਟਰਾਲੀ ਲੱਦਣ ਦਾ ਇਹੋ ਜਿਹੀ ਲੇਬਰ ਲੱਭਿਆ ਨਹੀਂ ਲੱਭਣੀ ਕਿਸੇ ਨੂੰ ਦੱਸਿਆ ਫਜਲ ਅਹਿਮਦ ਮੈਂ ਠੇਕੇਦਾਰ ਆ ਇਸ ਲੇਬਰ ਦਾ ਆ ਵੇਖ ਲਓ ਜੀ ਅੱਧਾ ਲੱਦ ਲਿਆ ਗੰਨਾ ਤਕਰੀਬਨ ਹੈ 550 ਮਣ ਹਾਂਜੀ ਮੈਂ ਲੈਂਦਾ ਇੰਟਰਵਿਊ ਲੈਂਦੇ ਇਹਦਾ ਓ ਜੀ ਭਾਈ ਸਮੀਓਲਾ ਖਲੋਤੇ ਨੇ ਕਮਾਦ ਦੇ ਮਾਲਕ ਵੀ ਨੇ ਤੇ ਟਰਾਲੀ ਦੇ ਮਾਲਕ ਵੀ ਨੇ ਤੇ ਗੰਨੇ ਦੇ ਮਾਲਕ ਵੀ ਇੱਧਰ ਚੋਰੀ ਮਹਿਰ ਸਾਹਿਬ ਖਲੋਤੇ ਨੇ ਹੈ ਮਹਿਰਾ ਸੁਣਾ ਠੀਕ ਠਾਕ ਕਿੱਧਰ ਫਿਰਦੇ ਜੀ ਅੱਜ ਆ ਟਰਾਲੀ ਭਾਈ ਲਦਾਉਣ ਆਏ ਪੀਰ ਸਾਹਿਬ ਦੀ ਚਾਰ ਪੰਜ ਬੰਦੇ ਟਰਾਲੀ ਲਦਾਉਣ ਆਏ ਨੇ ਤੇ ਪੰਜ ਉੱਤੇ ਨੇ ਚਾਰ ਹੀ ਲਦਾਉਣ ਆਏ ਆ ਜਿਸ ਤਰ੍ਹਾਂ ਲੇਬਰ ਹੈ ਉਨੇ ਡਰਾਈਵਰ ਆ ਇੱਥੇ ਆ ਭਾਜੀ ਦੂਜੇ ਨੇ ਇਹਨਾਂ ਨੂੰ ਵੀ ਯਾਰ ਲਾਓ ਨਾ ਉਹ ਤੋਂ ਆਪਣਾ ਲਾ ਲਓ ਇੱਥੇ ਆਓ ਹਾਂਜੀ ਤੁਸੀਂ ਕਿੱਧਰ ਫਿਰਦੇ ਭਾਜੀ ਮੈਂ ਜੁਗਨੂ ਦੇ ਮਗਰ ਜੁਗਨੂ ਦੇ ਮਗਰ ਜੁਗਨੀ ਬੁੱਢੂ ਆ ਆ ਸਮਝ ਲਾ ਇਧਰਾ ਆ ਜਾ ਵੱਡੇ ਸਾਹਿਬ ਪੀਰ ਨੂੰ ਮਾਰੋ ਆਵਾਜ਼ ਇਹ ਚੋਰੀ ਤਕਰੀਬਨ ਹੀ ਨਾ ਘੰਟੇ ਡੇਢ ਦੇ ਵਿੱਚ ਟਰਾਲੀ ਲਾ ਦਿੰਦੇ ਆ ਬੰਦੇ ਤਕਰੀਬਨ ਹੈ 12-13 ਆ ਜਾ ਬੰਦਾ ਸਾਹਿਬ 3-4 ਡਰਾਈਵਰ ਨੇ ਇੱਥੇ ਤੇ ਪੰਜ ਬੰਦੇ ਉੱਤੇ ਲੈਂਦੇ ਪੰਜ ਛੇ ਥੱਲੇ ਫੜਾਉਂਦੇ ਉਹਨੇ ਡਰਾਈਵਰ ਲਿਆਂਦੇ ਆ ਆ ਜਾ ਐਡੀ ਦੂਰ ਨੀ ਪਤਾ ਲੱਗਦਾ ਲੱਗ ਗਿਆ ਉਹ ਕਿਹੜੇ ਨੇ ਉਹ ਅੱਗੇ ਬੰਦਾ ਭਰੀ ਲਾਉਣ ਡਿਆ ਨਬੀਨਾ ਵਾ ਨਹੀਂ ਯਾਰ ਇਸ ਤਰ੍ਹਾਂ ਅੱਗੇ ਭਰੀ ਕੇ ਚਲਾਉਂਦੇ ਆ ਨਹੀਂ ਭਾਈ ਨਬੀਨਾ ਉਹਨੂੰ ਦਿਸਦਾ ਵਾ ਉਹ ਤਾਂ ਭਰੀ ਖੋਖ ਲਈ ਜਾਂਦੇ ਆ ਉਹ ਨਬੀਨਾ ਨਾ ਇਸ ਵਜ੍ਹਾ ਤੋਂ ਲਾਉਣ ਡਿਆ ਅੱਛਾ ਨਹੀਂ ਨਹੀਂ ਇਹ ਨਹੀਂ ਗੱਲ ਹੋ ਸਕਦੀ ਮੈਂ ਨਹੀਂ ਮੰਨਣਾ
ਉਹਦੇ ਭਰੀਆਂ ਬੰਦੇ ਕੋਲ ਹੱਥਾਂ ਚ ਖੋ ਖੋ ਲਈ ਆਉਣ ਦਿਆ ਪਹਿਲਾਂ ਲਾ ਰਿਹਾ 30 ਰੁਪਏ ਨਾ ਯਾਰ ਬੰਦੇ ਨਾਲ ਕੁਛ ਕਰੋ ਯਾਰ, ਇਹਨੂੰ ਵਿਚਾਰਾ ਟਰਾਲੀ ਨੀ ਲਾਦਾ ਤੇ ਨਦਾਲ ਵੱਲ ਲੈ ਜਾਓ ਯਾਰਗਾ ਹੈਂ। ਆ ਜੀ ਮਾਲ ਆਇਆ ਗੰਨੇ ਦਾ। ਹਾਂਜੀ ਭਾਈ ਸਮੀ ਓਲਾ ਸੁਣਾਓ ਕਿੰਨਾ ਗੰਨਾ ਹੋ ਗਿਆ ਇਨਸ਼ਾਅੱਲਾ? 600 ਮਣ। ਹਾਂਜੀ ਨਹੀਂ ਅਸੀਂ ਨੀ ਭਾਈ ਤੈਨੂੰ ਕਹਿਣ ਦੇ ਗਾਦੀ ਟੈਕਟਰ ਹੈ ਭਾਜੀ। ਕਿੰਨੇ ਹਾਸ ਪਾਵਰ ਹੁੰਦਾ? 65 ਹਾਸ ਪਾਵਰ। ਤਕਰੀਬਨ ਗੰਨਾ ਕਿੰਨਾ ਕੁ ਲੱਦਿਆ ਗਿਆ ਭਾਈ ਸਮੀ ਓਲਾ ਤੇ? ਤਿੰਨ ਕੁ ਸਮਾਨ ਵਿੱਚੋਂ ਪਾ ਕੱਢਿਆ, ਬਾਕੀ ਬਾਹਰ ਲੈ ਦਿੰਦਾ। ਇਹ ਨਾਲ ਹੀ ਜਗ੍ਹਾ ਆ ਪਤਾ ਨਹੀਂ ਚੈੱਕ ਨਹੀਂ ਕਰਾਇਆ ਮੈਰਾ। ਕੋਈ ਆ ਕੀ ਪਿਆ ਇਹ ਭਾਈ? ਆਪਣਾ ਜੇ ਡੱਬੇ ਰੱਖੇ ਸ਼ਹਿਦ ਵਾਸਤੇ ਬੱਕਰੀਆਂ ਬੱਚੇ ਦਿੰਦੀਆਂ। ਇਹ ਕਿੰਨੇ ਰੱਖੇ ਭਾਈ ਸਮਝੋ ਲਾਦੇ ਨੇ? ਚਾਰਜ ਮੈਂ ਹੀ ਇਹਨਾਂ। ਅੱਛਾ ਆ ਭਾਈ ਡੁੱਬਣਾ ਇਹ ਇਹਦੇ ਚਲੋ। ਅੱਜ ਕੱਲ ਮੱਖੀ ਕੋਈ ਨਜ਼ਰ ਨਹੀਂ ਆ ਰਹੀ। ਅੱਛਾ ਇਹ ਕਦੋਂ ਦਾ ਕੰਮ ਸ਼ੁਰੂ ਕੀਤਾ ਤੂੰ? ਧੁੱਪ ਲੱਗੀ ਆਪਾਂ ਬਾਹਰ ਕੱਢਣੀ ਆ। ਇਹ ਕਦੋਂ ਦਾ ਸ਼ੁਰੂ ਕੀਤਾ ਏ? 2 ਸਾਲ ਤੋਂ ਜਦੋਂ ਬਾਬੇ ਢਿੱਲੋਂ ਨਾ ਡਿਆ। ਹਾਂ ਜਦੋਂ ਢਿੱਲੋਂ ਨਾ ਡਿਆ ਮੱਖੀਆਂ ਦਾ ਕੰਮ ਸ਼ੁਰੂ ਕਰ ਲਿਆ। ਅੱਛਾ ਇਹ ਕਿੰਨੇ ਦੀਆਂ ਖਰੀਦੀਆਂ ਅਸੀਂ? ਇਹ ਭਾਈ 81 ਦੀਆਂ। ਇਹ ਕਿੰਨੇ ਡੱਬੇ? 50 20 ਡੱਬੇ 20 ਕਿੱਥੇ ਆ? ਨਹੀਂ 40 ਡੱਬੇ ਭਾਈ। ਅੱਛਾ 40 ਡੱਬੇ ਆ। ਤੇ ਸ਼ਾਇਦ ਕਿੰਨੀ ਕੁ ਦੇਰ ਚ ਬਣਾ ਲੈਂਦੀਆਂ ਡੱਬੇ? ਸ਼ਾਇਦ ਬਣਾ ਲੈਂਦੀਆਂ ਤਕਰੀਬਨ ਜੇ ਇਹਨਾਂ ਨੂੰ ਚਾਸ ਪਾਈਏ ਨਾ ਫਿਰ ਆਪਣਾ ਮਹੀਨੇ ਦੇ ਵਿੱਚ ਤਿਆਰ ਕਰ ਦਿੰਦੀਆਂ ਖੱਗਾ ਪੂਰਾ। ਝੂਠ ਨਾ ਮਾਰੀ ਫੜੇ ਨਾ ਜਾਈਏ ਜੈਂਟ ਤੇ ਮਾਰਦੇ ਨੇ ਭਈ ਮਹੀਨੇ ਦੇ ਵਿੱਚ ਤਿਆਰ। ਅੱਛਾ ਹੁਣ ਠੰਡ ਦਾ ਕਰਕੇ ਅੰਦਰ ਵੜੀਆਂ ਹੁਣ ਤੇ ਵਿਚਾਰੀਆਂ ਨਾ ਛੇੜੀ ਇਹ ਭੱਜਣਾ ਪੈਣਾ ਨਹੀਂ ਕੋਈ ਨਾ ਭਾਈ ਮੈਂ ਨਹੀਂ ਸਿਕਲੋੜਾ ਤੂੰ ਛੇੜ ਬੈਠਾ ਤੇ ਉਹ ਲੇਜ਼ਰ ਭੱਜ ਜਾਣੀ ਹੈ। ਆ ਭਾਈ ਇਹਨਾਂ ਖੱਗਾ ਸ਼ਾਇਦ ਨਾ ਭਰਨਾ ਫੁੱਲ। ਅੱਛਾ ਫਿਰ ਇਨਸ਼ਾਅੱਲਾ ਬਹੁਤ ਪੈਸਾ ਦਿੰਦੀਆਂ ਬੱਚੇ ਵੀ ਕੱਢਦੀਆਂ। ਸਹੀ ਹੋ ਗਿਆ। ਇਹ ਚੋਰੀ ਜੁਗਨੂ ਨੇ ਦੋ ਦੋ ਕੰਮ ਕੀਤੇ ਲਾਲਾ ਜੁਗਨ ਨੇ। ਇਹ ਮਾਹਰ ਸਾਹਿਬ ਨੇ ਚੋਰੀ ਗੰਨੇ ਵੀ ਲੋਡ ਕਰਦੇ ਨੇ ਤੇ ਚੋਰੀ ਆ ਨਾਲ ਨਵਾਂ ਬਿਜ਼ਨਸ ਸ਼ੁਰੂ ਕੀਤਾ। ਤੇ ਵੇਚਦੇ ਕਿੰਨੇ ਕੁ ਦਾ ਅਜੇ ਕਿਲੋ? ਇਹ ਕਿਲੋ ਭਾਈ ਵੇਚ ਜਾਂਦਾ 1200 ਦਾ। ਅੱਛਾ ਠੀਕ ਹੋ ਗਿਆ। ਇਹ ਚਾਸ ਵਾਲਾ ਹੁੰਦਾ ਕਿ ਦੂਜਾ ਬਣਾਉਂਦੇ ਜੇ? ਇਹ ਹੁਣ ਫੁੱਲ ਨਿਕਲਿਆ ਸਰੋਂ ਦੇ ਨਾਲ ਫੁੱਲਾਂ ਦਾ ਬਣਾਉਣਾ। ਸਹੀ ਹੋ ਗਿਆ। ਫੁੱਲ ਫਿਰ ਇਹਨੂੰ ਚਾਸ ਪਾਉਣਾ। ਸਹੀ ਹੋ ਗਿਆ।